ਸੰਗਰੂਰ ਦੇ ਦਿੜਬਾ ਕਸਬੇ ਦੀ ਪਾਰਸ ਕਲੋਨੀ ਦੇ ਰਹਿਣ ਵਾਲੇ ਇੱਕ ਨਾਬਾਲਗ ਵੱਲੋਂ ਆਪਣੇ ਹੀ ਘਰ ਦੇ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ ਸੀ, ਜਿਸ ਤੋਂ ਬਾਅਦ ਹੁਣ ਮ੍ਰਿਤਕ ਦੇ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਆਖਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਉਹਨਾਂ ਦੇ ਲੜਕੇ ਦੀ ਬਿਨਾਂ ਵਜ੍ਹਾ ਕੁੱਟਮਾਰ ਕੀਤੀ ਹੈ ਉਹਨਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਅਤੇ ਉੱਧਰ ਥਾਣਾ ਦਰਬਾਰ ਦੇ ਵਿੱਚ ਮ੍ਰਿਤਕ ਬੱਚੇ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉੱਤੇ ਰਣਧੀਰ ਸਿੰਘ ਵਾਸੀ ਲਦਾਲ ਦੇ ਖਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮ੍ਰਿਤਕ ਦੀ 10 ਤੋਂ ਲੈ ਕੇ 15 ਵਿਅਕਤੀਆਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਅਤੇ ਮ੍ਰਿਤਕ ਵੱਲੋਂ ਇੱਕ ਸੁਸਾਈਡ ਨੋਟ ਵੀ ਲਿਖਿਆ ਗਿਆ ਹੈ ਜਿਸਦੇ ਤਹਿਤ ਇੱਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜਦਕਿ ਬਾਕੀ ਲੋਕਾਂ ਖਿਲਾਫ਼ ਵੀ ਸੁਸਾਈਡ ਨੋਟ ਦੇ ਆਧਾਰ 'ਤੇ ਸਖ਼ਤ ਕਾਰਵਾਈ ਕਰਨੀ ਬਣਦੀ ਹੈ। ਇਹ ਮੇਰਾ ਬੇਟਾ ਜੀ 16 ਤਰੀਕ ਦਿਨ ਵੀਰਵਾਰ ਨੂੰ ਟਿਊਸ਼ਨ 'ਤੇ ਜਾ ਰਿਹਾ ਸੀ। ਸ਼ੇਰੇ ਪੰਜਾਬ ਮਾਰਕੀਟ ਵਿੱਚ ਦੀ ਕੋਈ ਵਰਨਾ ਗੱਡੀ ਖੜ੍ਹੀ ਸੀਗੀ, ਉੱਥੋਂ ਅਚਾਨਕ ਹੀ ਉਹ ਕੋਈ ਚੀਮਾ ਦੀ ਪੱਛਮ ਦੀ ਦੁਕਾਨ ਆ, ਉਹਨਾਂ ਦਾ ਕੋਈ ਰਿਸ਼ਤੇਦਾਰ ਸੀ, ਉਹਨਾਂ ਦਾ ਬੱਚਾ ਸੀਗਾ, ਅਚਾਨਕ ਹੀ ਆ ਗਿਆ ਮੂਹਰੇ। ਉਹਦੇ ਅਚਾਨਕ ਆਇਆ ਹੋਇਆ ਤਾਂ ਉਹਨਾਂ ਨੇ ਕੁਛ ਨਹੀਂ ਪੁੱਛਿਆ ਹੈਗਾ, ਉਹਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਅੱਗੇ ਰੌਲਾ ਪੈ ਗਿਆ, ਹੋਰ ਬੰਦੇ ਆ ਗਏ, ਸੁਣਿਆ ਵੀ ਕੁਛ 15-16 ਬੰਦੇ ਸੀਗੇ। ਜੋ ਮੇਰਾ ਬੇਟਾ ਸੀਗਾ ਜੋਬਨਵੀਰ ਸਿੰਘ, 10ਵੀਂ ਕਲਾਸ ਦੇ ਵਿੱਚ ਪੜ੍ਹ ਰਿਹਾ ਸੀ, ਸਟੱਡੀ ਕਰ ਰਿਹਾ ਸੀਗਾ ਸੰਗਰੂਰ ਵਿਖੇ ਲੱਡਾ ਸਕੂਲ ਦੇ ਵਿੱਚ, ਬਸੰਤ ਵੈਲੀ ਸਕੂਲ ਦੇ ਵਿੱਚ ਪੜ੍ਹ ਰਿਹਾ ਸੀਗਾ। ਪਰ ਉਹ ਮਾਨਸਿਕ ਤੌਰ 'ਤੇ ਇੰਨਾ ਪਰੇਸ਼ਾਨ ਹੋ ਗਿਆ, ਆਪਦੀ ਪਰੇਸ਼ਾਨੀ ਨਾ ਸਹਾਰਦਾ ਹੋਇਆ ਵੀ ਦੂਜੇ ਬੰਦਿਆਂ ਨੇ ਜਿਹੜਿਆਂ ਨੇ ਕੁੱਟਿਆ, ਕੁੱਟਮਾਰ ਉਹਦੀ ਕਾਫੀ ਕੀਤੀ, ਥੱਪੜ ਮਾਰੇ ਉਹਦੇ, ਥੱਪੜ ਮਾਰੇ, ਗਾਲੀ ਗਲੋਚ ਕੀਤੀ, ਉਹਨੂੰ ਧਮਕੀਆਂ ਵੀ ਦਿੱਤੀਆਂ, ਤੇਰੇ 'ਤੇ ਪਰਚਾ ਕਰਾ ਦਾਂਗੇ ਤੈਨੂੰ ਜੇਲ੍ਹ ਪਹੁੰਚਾ ਦਾਂਗੇ। ਕਾਫੀ ਕੁਛ ਬੱਚੇ ਨੂੰ, ਜਿਹੜਾ ਛੋਟਾ ਬੱਚਾ ਸੀ 10ਵੀਂ ਦਾ, ਉਹ ਇੰਨਾ ਪਰੇਸ਼ਾਨ ਹੋ ਗਿਆ। ਅਸੀਂ ਬਾਹਰ ਸੀਗੇ ਉਹਦੇ, ਸਾਨੂੰ ਕੁਛ ਨਹੀਂ ਦੱਸਿਆ। ਇਹ ਪਰੇਸ਼ਾਨੀਆਂ ਸਾਰੀਆਂ ਸਹਾਰਦੇ ਹੋਏ, ਘਰ ਇਕੱਲਾ ਸੀਗਾ ਬੇਟਾ, ਅਸੀਂ ਆਪਣੀਆਂ ਡਿਊਟੀਆਂ 'ਤੇ ਗਏ ਹੋਏ ਸੀਗੇ, ਅੱਖੀ ਨਾਲ ਲਟਕ ਕੇ ਸੁਸਾਈਡ ਕਰਕੇ। ਮੇਰਾ ਭਾਈ ਵੀਰਵਾਰ ਨੂੰ ਉਹਨੂੰ ਭਰੇ ਬਾਜ਼ਾਰ ਦੇ ਵਿੱਚ ਕੁਛ ਬੰਦਿਆਂ ਵੱਲੋਂ ਕੁੱਟਿਆ ਮਾਰਿਆ ਗਿਆ, ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਉਹਨੂੰ ਗਾਲੀ ਗਲੋਚ ਕੀਤੀ, ਉਹਦੇ ਨਾਲ ਉਹਨੂੰ ਬਿਨਾਂ ਮਤਲਬ ਤੋਂ ਉਹਦੇ ਥੱਪੜ ਮਾਰੇ, ਉਹਦੇ ਉਹਨੂੰ ਮਾਰਿਆ ਕੁੱਟਿਆ। ਉਹਨੇ ਇਹੀ ਚੀਜ਼ ਕਰਕੇ ਉਹਨੇ ਅਗਲੇ ਦਿਨ ਸੁਸਾਈਡ ਕਰ ਲਿਆ। ਜੇ ਉਸਦੀ ਕੋਈ ਗਲਤੀ ਨਹੀਂ ਸੀ, ਪਰ ਫਿਰ ਵੀ ਉਹਨੂੰ ਮਜਬੂਰ ਕੀਤਾ ਗਿਆ ਸੁਸਾਈਡ ਕਰਨ ਲਈ। ਉਹ ਇੱਕ ਨੋਟਿਸ ਛੱਡ ਕੇ ਗਿਆ, ਉਹ ਇੰਨਾ ਮਜਬੂਰ ਹੋ ਗਿਆ ਕਿ ਆਪਦੇ ਮਾਤਾ ਪਿਤਾ ਨਾਲ ਵੀ ਨਹੀਂ ਗੱਲ ਕੀਤੀ ਉਸਨੇ, ਉਸਨੂੰ ਇੰਨਾ ਧਮਕਾਇਆ ਗਿਆ। ਮੇਰੀ ਪ੍ਰਸ਼ਾਸਨ ਨੂੰ, ਸਰਕਾਰ ਨੂੰ ਇਹੀ ਬੇਨਤੀ ਹੈ ਕਿ ਮੇਰੇ ਭਾਈ ਨੂੰ ਇਨਸਾਫ਼ ਦਿੱਤਾ ਜਾਵੇ। ਉਸਦੀ ਕੋਈ ਕਸੂਰ ਨਹੀਂ ਸੀ, ਉਹ ਪਿੱਛੇ ਮੇਰੀ ਮਾਂ ਨੂੰ ਛੱਡ ਗਿਆ ਜਿਹੜੀ ਹਰ ਵਕਤ ਰੋਂਦੀ ਕਰਲਾਉਂਦੀ ਰਹਿੰਦੀ ਹੈ, ਅਸੀਂ ਉਹਨੂੰ ਕਿਵੇਂ ਸਾਂਭੀਏ। ਮੇਰੇ ਪਿਤਾ ਹੈਂਡੀਕੈਪ ਨੇ, ਅਸੀਂ ਕੀ ਕਰੀਏ। ਮੇਰੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਕਿ ਮੇਰੇ ਭਾਈ ਨੂੰ ਇਨਸਾਫ਼ ਦਿੱਤਾ ਜਾਵੇ ਤੇ ਜਿੰਨੇ ਵੀ ਬੰਦੇ ਸੀ ਸਾਰਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉੱਤੇ ਇੱਕ ਵਿਅਕਤੀ ਦੇ ਖਿਲਾਫ਼ 141-306 IPC ਦੇ ਅਧੀਨ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਮਿਤੀ 16-11-23 ਦੀ ਗੱਲ ਹੈ, ਸ਼ਾਮ ਨੂੰ ਇਹ ਬੱਚਾ ਬਾਜ਼ਾਰ ਦੇ ਵਿੱਚ ਗਿਆ ਸੀਗਾ, ਉੱਥੇ ਪਸ਼ਮ ਵਾਲੀ ਦੁਕਾਨ ਦੇ ਕੋਲ ਦੇ ਵਿੱਚ ਲੰਘ ਰਿਹਾ ਸੀਗਾ, ਉੱਥੋਂ ਪਸ਼ਮ ਵਾਲੀ ਦੁਕਾਨ ਦੇ ਵਿੱਚੋਂ ਇੱਕ ਬੱਚਾ ਨਿਕਲਿਆ ਜਿਹਦੇ 'ਚ ਸਕੂਟਰੀ ਵੱਜੀ, ਤਾਂ ਬੱਸ ਵਾਲੀ ਦੁਕਾਨ ਦੇ ਵਿੱਚੋਂ ਉਹਦਾ ਬੱਚੇ ਦਾ ਫਾਦਰ ਨਿਕਲਿਆ ਜਿਹਨੇ ਉਹਦੇ ਤੱਪੜ ਤੁੱਪੜ ਮਾਰਿਆ ਘੂਰਤਾ। ਇਸ ਦੀ ਨਮੋਸ਼ੀ ਚੱਲਦੇ ਉਹਨੇ ਇਹ ਮਿਤੀ 17 ਨੂੰ ਸੁਸਾਈਡ ਕਰ ਲਿਆ ਅਤੇ ਨੋਟ ਛੱਡ ਗਿਆ ਜਿਹਦੇ 'ਚ ਪਸ਼ਮ ਵਾਲੀ ਦੁਕਾਨ ਦੇ ਵਿੱਚੋਂ ਨਿਕਲਣ ਵਾਲੇ ਵਿਅਕਤੀ ਬੱਚੇ ਦੇ ਫਾਦਰ ਦਾ ਨਾਂ ਲੈ ਰਿਹਾ ਹੈ। ਰਣਧੀਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਲਲਾਲ ਦਾ ਰਹਿਣ ਵਾਲਾ ਹੈ ਜਿਹਦਾ ਇਹ ਬੱਚਾ ਸੀਗਾ, ਜਿਹੜਾ ਇਹ ਬੱਚਾ ਇਹਦੀ ਡੈਥ ਹੋਈ ਹੈ। ਇਹ ਜਗਸੀਰ ਸਿੰਘ ਮਾਸਟਰ ਜੀ ਦਾ ਬੇਟਾ ਹੈ, ਜੋਬਨਵੀਰ 10ਵੀਂ ਕਲਾਸ ਦੇ ਵਿੱਚ ਬਸੰਤ ਵੈਲੀ ਪਬਲਿਕ ਸਕੂਲ ਦੇ ਵਿੱਚ ਪੜ੍ਹਦਾ ਸੀ। ਇਹਦੇ ਸੰਬੰਧੀ ਮੁਕੱਦਮਾ ਨੰਬਰ
141 दर्ज हो गया जी, मिट्टी 18-11-23 नूं, ते एक बंदे दी इहदी अरैसट हो चुकी है। 306 IPC दे विच दर्ज। जगबाणी टीवी ਲਈ ਅਨਿਲ ਜੈਨ ਦੀ ਰਿਪੋਰਟ।